यह कैलेंडर महाराजा भूपेंद्र सिंह पंजाब स्पोर्ट्स यूनिवर्सिटी पटियाला द्वारा तैयार किया गया है, जिसमें पंजाब के सभी पुरस्कार विजेता खिलाड़ियों को शामिल किया गया है। दो कैलेंडर तैयार किए गए हैं, एक दीवार कैलेंडर और दूसरा टेबल कैलेंडर। ये कैलेंडर विशेष मुख्य सचिव सरबजीत सिंह और पंजाब स्पोर्ट्स यूनिवर्सिटी के कुलपति लेफ्टिनेंट जनरल सेवानिवृत्त JS की उपस्थिति में जारी किए गए। सभी पंजाबियों और खिलाड़ियों को नए साल की बधाई देते हुए खेल मंत्री ने कहा कि पंजाब के पास एक समृद्ध खेल विरासत है और पंजाबी खिलाड़ियों ने पूरी दुनिया में अपने खेल कौशल से छाप छोड़ी है। मुख्यमंत्री भगवंत सिंह मान के नेतृत्व में राज्य सरकार खेलों में राज्य की खोई हुई प्रतिष्ठा को बहाल करने के लिए लगातार प्रयास कर रही है। नई खेल नीति के पहले ही साल में पंजाबी खिलाड़ियों ने एशियाई खेलों का 72 साल पुराना रिकॉर्ड तोड़ते हुए 8 स्वर्ण पदक समेत कुल 20 पदक जीते। मीत हेयर ने कहा कि अब तक पंजाब के खिलाड़ियों ने 4 पद्मभूषण, 24 पद्मश्री, 4 खेल रत्न पुरस्कार, 129 अर्जुन पुरस्कार, 15 द्रोणाचार्य पुरस्कार, 21 ध्यानचंद पुरस्कार और 5 तेनजिंग नो। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਾਡੀ ਜਿਹੜੀ ਸਪੋਰਟਸ ਯੂਨੀਵਰਸਿਟੀ ਪਟਿਆਲਾ ਸਾਡੇ ਵੱਲੋਂ ਇੱਕ ਨਵੇਂ ਸਾਲ ਦਾ ਜਿਹੜਾ ਕੈਲੰਡਰ ਆ ਉਹ ਲਾਂਚ ਕੀਤਾ ਗਿਆ ਤੇ ਬੜੀ ਨਵੇਕਲੀ ਜਿਹੜੀ ਪਹਿਲਕਦਮੀ ਇਸ ਵਾਰੀ ਕੀਤੀ ਗਈ ਹੈ ਕਿ 202 ਪੰਜਾਬ ਦੇ ਖਿਡਾਰੀ ਜਿਹੜੇ ਅਵਾਰਡੀ ਆ ਜਿਨ੍ਹਾਂ ਵਿੱਚ ਪਦਮ ਵਿਭੂਸ਼ਣ, ਪਦਮ ਸ਼੍ਰੀ, ਖੇਲ ਰਤਨ, ਅਰਜੁਨ ਅਵਾਰਡੀ ਤੇ ਦਰੋਣਾਚਾਰਿਆ ਅਵਾਰਡੀ ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਜਿਹੜਾ ਇਨਕਲੂਡ ਹੈ ਉਹ ਕੀਤਾ ਗਿਆ ਵੀ ਕਿਹੜੇ ਸਾਲ ਕਿਹੜੇ ਖਿਡਾਰੀ ਦੀ ਅਚੀਵਮੈਂਟ ਸੀ ਅਤੇ ਉਹਨੂੰ ਕਿਹੜੇ ਸਾਲ ਦੇ ਵਿੱਚ ਜਿਹੜਾ ਅਵਾਰਡ ਹੈ ਉਹ ਮਿਲਿਆ। ਤੋ ਮੈਨੂੰ ਲੱਗਦਾ ਵੀ ਇਹ ਜਦੋਂ ਸਾਡੇ ਜਿਹੜੇ ਬੱਚੇ ਇਹਨੂੰ ਦੇਖਣਗੇ ਜਾਂ ਜਿਹੜੇ ਖੇਡਾਂ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਮੋਟੀਵੇਸ਼ਨ ਵੀ ਮਿਲੂਗੀ ਕਿ ਅਸੀਂ ਇਹਨਾਂ ਵਾਲੀ ਜਗ੍ਹਾ 'ਤੇ ਜਿਹੜਾ ਇੱਕ ਦਿਨ ਅਸੀਂ ਪਹੁੰਚਣਾ ਹੈਗਾ। ਸੋ ਅੱਜ ਇਹ ਕੈਲੰਡਰ ਲਾਂਚ ਕੀਤਾ ਅਤੇ ਬਾਕੀ ਮੈਂ ਨਵੇਂ ਸਾਲ ਦੀਆਂ ਸਾਰੇ ਖਿਡਾਰੀਆਂ ਨੂੰ ਬਹੁਤ ਮੁਬਾਰਕਾਂ ਦਿੰਦਾ ਅਤੇ ਪਿਛਲੇ ਸਾਲ ਦੇ ਵਿੱਚ ਬਹੁਤ ਅੱਛਾ ਰਿਹਾ ਖੇਡਾਂ ਨੂੰ ਲੈ ਕੇ। ਮਾਨ ਸਾਹਿਬ ਦੀ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਵੀ ਕਰਵਾਈਆਂ, ਜੇ ਪਿਛਲੀ ਵਾਰੀ 3 ਲੱਖ ਬੱਚਿਆਂ ਨੇ ਪਾਰਟੀਸਪੇਟ ਕੀਤਾ ਖਿਡਾਰੀਆਂ ਨੇ ਤਹਿਤ ਕਿ ਤਕਰੀਬਨ 1.5 ਲੱਖ ਨੇ ਪਾਰਟੀਸਪੇਟ ਕੀਤਾ। ਬਾਕੀ ਏਸ਼ੀਅਨ ਖੇਡਾਂ ਦੇ ਵਿੱਚ ਵੀ ਪੰਜਾਬ ਦਾ ਜਿਹੜਾ ਰਿਕਾਰਡ ਹੈ ਉਹ ਅਸੀਂ ਅੱਜ ਤੱਕ ਦਾ ਜਿਹੜਾ ਰਿਕਾਰਡ ਸੀ ਕਿ 20 ਮੈਡਲ ਅੱਜ ਤੱਕ ਕਦੇ ਨਹੀਂ ਆਏ ਪੰਜਾਬੀਆਂ ਦੇ ਜਿੰਨੇ ਇਸ ਵਾਰ ਆਏ। ਸੋ ਸਾਨੂੰ ਬੜੀ ਖੁਸ਼ੀ ਹੈ ਅਤੇ ਉਮੀਦ ਕਰਦੇ ਹਾਂ ਕਿ ਅਗਲਾ ਸਾਲ ਬਹੁਤ ਖੁਸ਼ੀਆਂ ਭਰਾ ਹੋਵੇਗਾ ਅਤੇ ਬਹੁਤ ਵੱਡੀਆਂ ਅਚੀਵਮੈਂਟ ਜਿਹੜੀਆਂ ਸਾਡੇ ਖਿਡਾਰੀ ਹੈ ਉਹ ਲੈ ਕੇ ਆਉਣਗੇ। ਅਤੇ ਬਾਕੀ ਭਗਵੰਤ ਮਾਨ ਜੀ ਦੀ ਸਰਕਾਰ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਦੁਬਾਰਾ ਸਾਡੇ ਸੂਬੇ ਨੂੰ ਖੇਡਾਂ 'ਚ ਪਹਿਲੇ ਨੰਬਰ 'ਤੇ ਲੈ ਕੇ ਜਾਣ। ਸੋ ਮੈਂ ਦੁਬਾਰਾ ਸਾਰੇ ਪੰਜਾਬੀਆਂ ਨੂੰ, ਸਾਰੇ ਭਾਰਤੀਆਂ ਨੂੰ, ਕਿਤੇ ਵੀ ਤੁਸੀਂ ਬੈਠੇ ਹੋ, ਮੈਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਵਧਾਈ ਦਿੰਦਾ, ਬਹੁਤ ਸ਼ੁਭਕਾਮਨਾਵਾਂ। ताज़ा अपडेट्स और बड़ी खबरों के लिए सब्सक्राइब करें आज प्रकाश TV और बेल आइकन दबाना ना भूलें।